ਰਾਮ ਰਾਮ ਜੀ, ਨਮਸਕਾਰ, ਪ੍ਰਣਾਮ, ਜੁੜ ਜਾਓ ਬਾਈ ਸਾਰੇ। ਬਹੁਤ ਦਿਨਾਂ ਬਾਅਦ ਪੇਜ 'ਤੇ ਲਾਈਵ ਆਇਆ ਹਾਂ ਬਾਈ। ਜੋ ਜੋ ਬਾਈਸ ਨੇ ਬਾਅਦ ਮੈਂ ਦੇਖੇ ਵੀਡੀਓ ਨੇ ਤੋ ਸ਼ੇਅਰ ਜ਼ਰੂਰ ਕਰਦੇ ਬਾਈ। ਔਰ ਤੜਕੇ 10 ਵਜੇ ਰੈਡੀ ਹੋ ਜਾਓ, ਆਪਣਾ ਗਾਣਾ ਆਉਣ ਲੱਗ ਰਿਹਾ ਫਿਰ ਗੋਰੀ ਤੋ ਬਸ ਦੁੰਮਾ ਠਾ ਦਿਓ, ਆਰ ਪਰ ਰਿਸਪੋਂਸ ਬਿਠਾ ਦਿਓ ਸਾਰੇ ਬਾਈ। ਬਹੁਤ ਮਿਹਨਤ ਕਰਾਖੇ ਬਾਈ ਗਾਣੇ ਪੈ। ਤੜਕੇ 10 ਵਜੇ ਆਪਣੇ ਚੈਨਲ ਅਮਿਤ ਸੈਣੀ ਰੁੱਤ ਗਏ ਪੈ। ਗਾਣੇ ਦਾ ਨਾਮ ਹੈ ਫੇਰ ਗੋਰੀ, ਵਜ਼ਨ ਹੈ ਬਾਈ, ਭੋਲੇਨਾਥ ਕੇ ਚਰਨੋਂ ਮੈਂ। ਔਰ ਜੁੜੋ ਬਾਈ, ਬਹੁਤ ਟਾਈਮ ਬਾਅਦ ਪੇਜ ਪਰ ਲਾਈਵ ਆਇਆ ਹੂੰ। ਔਰ ਦਾਦਾ ਕਿਆ ਕਿਹਾ ਜੀ, ਤੁਸੀਂ ਹਮਾਰੇ ਡਾਇਰੈਕਟਰ ਗਾਣੇ ਜੀ, ਔਰ ਗਾਣਾ ਮਾਰਾ ਲੱਗ ਰਿਹਾ ਹੈ ਕੱਲ ਅਗੋਰੀ ਬੜੀ ਉਮੀਦ ਹੈ ਭਾਈ ਆਪ ਲੋਕਾਂ ਨੂੰ ਪਸੰਦ ਆਊਗਾ। ਹਮਨੇ ਵੀਡੀਓ ਪੇ ਵੀ ਮੇਰੇ ਤੋਂ ਸੱਚ ਪੁੱਛੋ, ਇਹ ਖੋਏ ਵੀ ਚਲ ਗਿਆ ਅੜੇ ਤੇ, ਕੱਲ ਮੈਂ ਉਹ ਕਰਵਾਉਣ ਲੱਗ ਗਿਆ ਨਾ। ਇਹ ਦੇਖੋ ਭਾਈ ਚਲ ਗਏ, ਜਿੱਤੋ ਜੀ ਮਿਹਨਤ ਔਰ ਪੂਰੀ ਟੀਮ ਨੇ ਬੜਾ ਸ਼ਾਨਦਾਰ ਕੰਮ ਰੱਖਿਆ ਭਾਈ। ਔਰ ਇਹ ਕੰਟੀਨਿਊ ਆਪਣੇ ਗਾਣੇ ਬੈਕ ਟੂ ਬੈਕ ਅੰਦਾਜ਼ ਮਾ ਆਉਂਗੇ, ਕਿਉਂਕਿ ਕੁਛ ਪਰਿਵਾਰਿਕ ਪ੍ਰੋਬਲਮ ਸੀ ਹੋ ਗਈ ਥੀ। ਮੈਂ ਬਾਈ ਉਹਨੂੰ ਮੋੜੋ ਸੀਗਾ ਥਾ, ਕਿਉਂਕਿ ਮੈਂ ਮਨ ਸਿੱਖ ਕੇ ਹੂੰ, ਅਗਰ ਮੈਂ ਤੋ ਕਈ ਚੀਜ਼ ਹੋ ਜਾ ਹੈ। ਔਰ ਜੋ ਜੋ ਬਾਈ ਇਸ ਵੀਡੀਓ ਨੇ ਦੇਖਤਾ ਸਾ, ਉਹ ਸ਼ੇਅਰ ਜ਼ਰੂਰ ਕਰਾ, ਕਿਉਂਕਿ ਬਹੁਤ ਟਾਈਮ ਬਾਅਦ ਮੈਂ ਲਾਈਵ ਆਇਆ ਹੂੰ ਬਾਈ ਪੇਜ ਪੇ, ਬਹੁਤ ਟਾਈਮ ਬਾਅਦ। ਤੋ ਤੜਕੇ 10 ਵਜੇ ਸਾਰੇ ਬਾਈ ਰੈਡੀ ਰਹੀ, ਔਰ ਬਾਈ 500-700 ਕਮੈਂਟ ਠੋਕਣੇ ਹੈ ਬਿਨਾਂ ਕਈ ਜ਼ੁਕਰ, ਆਪ ਲੋਕ ਕਰਿਆ ਕਰੋ ਨੂੰ, ਇਹ ਸਵਾਦ ਕੀ ਗਾਰੰਟੀ ਹੋ ਗਈ ਬਾਈ। ਬੜੀਆ ਗਾ, ਚਟਪਟਾ ਗਾਣਾ, ਚਟਪਟਾ ਵਜ਼ਨ, ਚਟਪਟਾ ਵਜ਼ਨ, ਭਗਵਾਨ ਕੀ ਦਾਸ ਹੈ। ਹਾਂ ਸਿੱਖੋ, ਸੁਣੋ तो भाई, यह कहना है सारे भैया, तो एक दरख्वास्त थी, अपील थी, तड़के रेडी हो जाओ, और जो जो इस वीडियो में देखता जाओ शेयर जरूर करे जयराम जी की।